ਰੈਸਲਰ ਵਿਨੇਸ਼ ਫੋਗਾਟ ਲਾਪਤਾ ਹੋ ਗਈ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਹ ਪੋਸਟਰ ਲਗਾਤਾਰ ਵਾਇਰਲ ਹੋ ਰਹੇ ਨੇ, ਜਿਸ ਦੇ ਵਿੱਚ ਲਿਖਿਆ ਗਿਆ ਕਿ ਵਿਨੇਸ਼ ਫੋਗਾਟ ਲਾਪਤਾ ਹੋ ਗਈ ਹੈ। ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਨਾ ਹੋਣ ਕਰਕੇ ਵਟਸਐਪ ਗਰੁੱਪਾਂ 'ਤੇ ਪੋਸਟਰ ਵਾਇਰਲ ਕੀਤੇ ਜਾ ਰਹੇ ਨੇ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿਧਾਨ ਸਭਾ ਤੋਂ ਵਿਧਾਇਕ ਬਣੀ ਅੰਤਰਰਾਸ਼ਟਰੀ ਪਹਿਲਵਾਨ ਵਿਨੇਸ਼ ਫੋਗਾਟ ਦਾ ਪੋਸਟਰ ਵਾਇਰਲ ਹੋ ਰਿਹਾ। ਉਸ ਦੇ ਲਾਪਤਾ ਵਿਅਕਤੀ ਦਾ ਪੋਸਟਰ ਵਟਸਐਪ ਗਰੁੱਪਾਂ ਦੇ ਵਿੱਚ ਵਾਇਰਲ ਕੀਤਾ ਜਾ ਰਿਹਾ, ਜਿਸ 'ਚ ਲਿਖਿਆ ਕਿ ਲਾਪਤਾ ਵਿਧਾਇਕ ਦੀ ਭਾਲ ਕੀਤੀ ਜਾ ਰਹੀ ਹੈ, ਜੇਕਰ ਕੋਈ ਦੇਖਦਾ ਹੈ ਤਾਂ ਕਿਰਪਾ ਕਰਕੇ ਸੂਚਿਤ ਕੀਤਾ ਜਾਵੇ। ਦਰਅਸਲ ਹਰਿਆਣਾ ਵਿਧਾਨ ਸਭਾ ਦਾ 4 ਦਿਨਾਂ ਸੈਸ਼ਨ 19 ਨਵੰਬਰ ਤੱਕ ਚੱਲਿਆ। ਪਹਿਲੀ ਵਾਰ ਵਿਧਾਇਕ ਬਣੀ ਵਿਨੇਸ਼ ਫੋਗਾਟ ਇਸ ਸੈਸ਼ਨ ਦੇ ਵਿੱਚ ਗੈਰ ਹਾਜ਼ਰ ਰਹੀ ਹੈ। ਉਹ ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੇ ਲਈ ਪ੍ਰਚਾਰ ਕਰਨ ਦੇ ਲਈ ਵਾਇਨਾਡ ਗਈ ਹੋਈ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਪ੍ਰਚਾਰ ਕੀਤਾ, ਜਿਸ ਤੋਂ ਬਾਅਦ ਉਸਦਾ ਪੋਸਟਰ ਵਾਇਰਲ ਹੋ ਰਿਹਾ। ਪੋਸਟਰ 'ਚ ਲਿਖਿਆ ਗਿਆ ਕਿ ਲਾਪਤਾ ਵਿਧਾਇਕ ਦੀ ਭਾਲ ਕਰੋ, ਵਿਧਾਨ ਸਭਾ ਦਾ ਪੂਰਾ ਸੈਸ਼ਨ ਬੀਤ ਗਿਆ ਪਰ ਵਿਧਾਇਕ ਮੈਡਮ ਪੂਰੇ ਸੈਸ਼ਨ ਤੋਂ ਗਾਇਬ ਰਹੇ, ਜੇਕਰ ਕੋਈ ਦੇਖਦਾ ਤਾਂ ਗੁਆਂਢੀਆਂ ਨੂੰ ਸੂਚਿਤ ਕਰੋ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਭਾਜਪਾ ਵਰਕਰਾਂ ਦੇ ਵੱਲੋਂ ਵਾਇਰਲ ਕੀਤੇ ਜਾ ਰਹੇ ਨੇ। ਜਦੋਂ ਵਿਨੇਸ਼ ਫੋਗਾਟ ਨਾਲ ਸੰਪਰਕ ਕੀਤਾ ਗਿਆ ਤਾਂ ਉਸਦੇ PA ਸੋਨੂ ਨੇ ਗੱਲ ਕੀਤੀ, ਜਿਹਦੇ ਵੱਲੋਂ ਕਿਹਾ ਗਿਆ ਕਿ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਬਣੇ ਹੋਏ ਨੇ, ਉਸ ਨੂੰ ਚੋਣ ਡਿਊਟੀ 'ਤੇ ਲਾਇਆ ਹੋਇਆ, ਚੋਣਾਂ ਦੇ ਵਿੱਚ ਰੁੱਝੇ ਹੋਣ ਕਰਕੇ ਉਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਣ ਲੱਗੇ। ਜੁਲਾਨਾ ਹਲਕਾ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਦੱਸ ਦਈਏ ਕਿ ਵਿਨੇਸ਼ ਨੂੰ ਵਾਅਦੇ ਪੂਰੇ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਦੱਸ ਦਈਏ ਕਿ ਜੁਲਾਨਾ ਤੋਂ ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਨੇ ਕਿਹਾ ਕਿ ਪੋਸਟਰ ਨੂੰ ਕੋਈ ਵੀ ਵਾਇਰਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪਰਮਾਤਮਾ ਵਿਨੇਸ਼ ਫੋਗਾਟ ਨੂੰ ਬੁੱਧੀ ਦੇਵੇ, ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਪੈਣਗੇ। ਬੈਰਾਗੀ ਨੇ ਕਿਹਾ ਕਿ ਜੇਕਰ ਉਹ ਵਿਧਾਨ ਸਭਾ ਨਹੀਂ ਜਾ ਰਹੇ ਤਾਂ ਵਾਅਦੇ ਪੂਰੇ ਕਿਵੇਂ ਹੋਣਗੇ। ਦੱਸ ਦਈਏ ਕਿ ਅਕਤੂਬਰ ਮਹੀਨੇ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਨੇਸ਼ ਫੋਗਾਟ ਨੇ ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਨੂੰ 615 ਵੋਟਾਂ ਨਾਲ ਹਰਾਇਆ ਸੀ। ਵਿਨੇਸ਼ ਨੂੰ 65,080 ਅਤੇ ਕੈਪਟਨ ਯੋਗੇਸ਼ ਬੈਰਾਗੀ ਨੂੰ 59,065 ਵੋਟਾਂ ਮਿਲੀਆਂ ਸਨ। ਦੱਸ ਦਈਏ ਕਿ ਇਸ ਵਾਰ ਵਿਧਾਨ ਸਭਾ ਸੈਸ਼ਨ ਹਰਿਆਣਾ ਦੇ ਵਿੱਚ ਚੱਲ ਰਿਹਾ ਸੀ, ਜਿਸ ਦੇ ਵਿੱਚ ਵਿਨੇਸ਼ ਫੋਗਾਟ ਨਹੀਂ ਪਹੁੰਚੀ, ਜਿਸ ਕਰਕੇ ਇਹ ਜੋ ਪੋਸਟਰ ਨੇ ਬਹੁਤ ਹੀ ਜ਼ਿਆਦਾ ਵਾਇਰਲ ਕੀਤੇ ਜਾ ਰਹੇ ਨੇ। ਵਟਸਐਪ ਗਰੁੱਪਾਂ 'ਤੇ ਵਾਰ ਵਾਰ ਇਹ ਪੋਸਟਰ ਵਾਇਰਲ ਕਰਕੇ ਪੁੱਛਿਆ ਜਾ ਰਿਹਾ ਕਿ ਆਖਿਰ ਵਿਨੇਸ਼ ਫੋਗਾਟ ਕਿੱਥੇ ਹੈ, ਜੋ ਪ੍ਰਚਾਰ ਕਰ ਰਹੇ ਨੇ ਤਾਂ ਕੀ ਉਹਨਾਂ ਦੇ ਲਈ ਉਹਨਾਂ ਦੇ ਹਲਕੇ ਦੇ ਲੋਕ ਅਹਿਮੀਅਤ ਨਹੀਂ ਰੱਖਦੇ, ਇਸ ਕਰਕੇ ਵਿਨੇਸ਼ ਫੋਗਾਟ 'ਤੇ ਹੁਣ ਸਵਾਲ ਖੜ੍ਹੇ ਹੋ ਰਹੇ ਨੇ।